ਮੇਰਾ ਨਾਂ ਜੀ ਇਕਬਾਲ ਸਿੰਘ, ਸਨ ਆਫ ਸਰਦਾਰ ਸੁਲੱਖਣ ਸਿੰਘ, ਜੱਟ ਵਾਸੀ ਪਿੰਡ ਟੌਂਗਾ ਮੈਂ ਰਹਿਣ ਵਾਲਾ ਜੀ। ਮੇਰੇ ਵੱਡੇ ਲੜਕੇ ਨੇ ਬਾਬਾ ਬਕਾਲਾ ਵਿੱਚ ਮਕਾਨ ਲਿਆ, ਉੱਥੇ ਮੇਰੀ ਨੂੰਹ ਰਹਿੰਦੀ ਇਕੱਲੀ, ਅਸੀਂ ਕਦੀ ਕਦਾਈ ਜਾਂਦੇ ਹਾਂ ਅਤੇ ਸਾਡੇ ਪੜੋਸੀ ਜੋ ਮੰਗਲ ਸਿੰਘ ਵਾ ਉਹ ਨਜਾਇਜ਼ ਰੈਂਪ ਬਣਾਉਣ ਡਿਆ ਸੀ। ਰੰਧਾਵੇ ਰੈਸਟੋਰੈਂਟ ਵਾਲੇ ਦਾ ਮੈਨੂੰ ਫੋਨ ਆਇਆ ਵੀ ਆਹ ਗੱਲ, ਅਤੇ ਮੈਂ ਕਿਹਾ ਰੰਧਾਵਾ ਜੀ ਕੱਲ੍ਹ ਨੂੰ 4 ਵਜੇ ਸ਼ਾਮ ਨੂੰ ਬਹਿ ਕੇ ਆਪਾਂ ਗੱਲ ਕਰ ਲਾਂਗੇ, ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਮੈਂ ਕਰ ਲੂੰਗਾ। 5 ਤਰੀਕ ਨੂੰ ਸਵੇਰੇ 8 ਵਜੇ ਇਹ ਰੈਂਪ ਬਣਾਉਣ ਡਿਆ ਪਿਆ। ਮੇਰੀ ਨੂੰਹ ਰੁਪਿੰਦਰ ਕੌਰ ਨੇ ਕਿਹਾ ਵੀ ਅੰਕਲ ਜੀ ਮੇਰਾ ਡੈਡੀ ਆਉਣ ਵਾਲਾ, ਗੱਲ ਕਰ ਲਿਓ ਅਤੇ ਤੁਸੀਂ ਫਿਰ ਰੈਂਪ ਬਣਾ ਲਿਓ। ਮੰਗਲ ਸਿੰਘ ਦੇ ਪਿਓ ਨੇ ਆਖਿਆ ਤੇ ਮਰੋ ਕੁੜੀ ਆ ਵੀ ਡਿੱਗ ਕੇ ਪਿੜਾਂ ਅਤੇ ਸੁੱਟੋ ਚਾਰੇ ਦੇ ਸਿਰ 'ਚ। ਫਿਰ ਮੰਗਲ ਸਿੰਘ ਦੀ ਘਰ ਦੀ ਨੇ ਅਤੇ ਨੂੰਹ ਨੇ ਮੇਰੀ ਨੂੰਹ ਦੇ ਨਾਲੇ ਚਪੇੜਾਂ ਮਾਰੀਆਂ, ਨਾਲੇ ਸੱਟਾਂ ਲਾਈਆਂ, ਨਾਲੇ ਉਹਨੂੰ ਚਿੱਕੜ ਦੇ ਵਿੱਚ ਧੂਈ ਫਿਰਦੇ ਰਹੇ। ਮੇਰੇ ਸਾਥੀ ਵੀ ਸੀ, ਅਸੀਂ ਕੋਈ ਫਿੜੇ ਮੂੰਹ ਨਹੀਂ ਕਿਸੇ ਨੂੰ ਕਹੀ, ਕਿਸੇ ਨੂੰ ਕੋਈ ਗਾਲ ਨਹੀਂ ਕੱਢੀ। ਜਿਹੜੀ ਮੇਰੀ ਇਹ ਨੂੰਹ ਨੂੰ ਧੂਈ ਫਿਰਦੇ ਰਹੇ, ਸੱਟਾਂ ਲਾਈ ਫਿਰ ਲਾਈਆਂ, ਉਹਦੀ ਮੇਰੇ ਕੋਲ ਮੌਕੇ ਦੀ ਵੀਡੀਓ ਵੀ ਹੈਗੀ ਆ, ਜਿੱਥੇ ਵੀ ਕੋਈ ਚਾਹੋ ਤਾਂ ਮੈਂ ਕਰਾ ਸਕਦਾ। ਜੋ ਵੀ ਸਾਡੇ ਨਾਲ ਹੋਈ ਬਹੁਤ ਬੇਇਨਸਾਫੀ ਹੋਈ ਆ। ਬਾਕੀ ਅਸੀਂ ਨਗਰ ਕੌਂਸਲ ਨੂੰ ਰਿਪੋਰਟ ਵੀ ਕੀਤੀ ਹੋਈ ਸੀ ਵੀ ਇਹ ਨਜਾਇਜ਼ ਬਣਾਉਣ ਡਿਆ ਰੈਂਪ, ਅਤੇ ਜਿਹੜਾ ਰੈਂਪ ਤੋੜਿਆ ਉਹ ਬਾਬਾ ਬਕਾਲਾ ਨਗਰ ਕੌਂਸਲ ਨੇ ਤੋੜਿਆ, ਅਸੀਂ ਉਹਨੂੰ ਕੋਈ ਹੱਥ ਨਹੀਂ ਲਾਇਆ। ਉਹਦੇ ਤੋੜਦਿਆਂ ਦੀ ਸਾਡੇ ਕੋਲ ਵੀਡੀਓ ਹੈਗੀ ਆ। ਜਿਹੜਾ ਮੇਰਾ ਵੀਰ ਭਰਾ, ਜਿਹੜਾ ਅਫਸਰ ਕੋਈ ਵੇਖਣਾ ਚਾਹੇ, ਮੈਂ ਬਿਲਕੁਲ ਵਿਖਾਲਣ ਨੂੰ ਤਿਆਰ ਹਾਂ, ਅਤੇ ਜੋ ਵੀ ਸਾਡੇ ਨਾਲ ਹੋਇਆ ਵਾ ਬਹੁਤ ਬੇਇਨਸਾਫੀ ਹੋਈ ਆ। ਠੀਕ ਮੰਗ ਆ ਸਾਡੇ ਕੋਲ, ਸਰਕਾਰ ਕੋਲ ਮੰਗ ਆ ਜੀ, ਸਾਡਾ ਹੱਕ ਰਸੀ ਹੋਈ ਜਾਵੇ, ਜਿਹੜਾ ਗੈਰ ਨਜਾਇਜ਼ ਰੈਂਪ ਬਣਦਾ ਉਹ ਨਾ ਬਣਾਇਆ ਜਾਵੇ। ਸਾਡੀ ਪਰੇਸ਼ਾਨੀ ਹੁੰਦੀ ਜੇ ਅਸੀਂ ਉੱਥੇ ਦਰਵਾਜ਼ਾ ਖੋਲਦੇ ਹਾਂ, ਸਾਡਾ ਦਰਵਾਜ਼ਾ ਨਹੀਂ ਖੁੱਲਦਾ, ਅਤੇ ਜੇ ਇਹ ਖੋਲਦੇ ਸਾਡਾ ਬੂਹਾ ਘੜੀ ਰੁਕਦਾ ਵਾ, ਸਾਨੂੰ ਉਹ ਰੈਂਪ ਨਾਲ ਬਹੁਤ ਪਰੇਸ਼ਾਨੀ ਹੁੰਦੀ ਆ। ਇਹ ਬਣਾਉਣਾ ਅਸੀਂ ਆਪਣੇ ਅੱਧੇ 'ਚ ਬਣਾ ਲਿਆ, ਸਾਡੇ ਏਰੀਏ 'ਚ ਨਾ ਬਣਾਉਂਦਾ। ਮੇਰਾ ਨਾਮ ਤਨੀਸ਼ਾ ਹੈ। ਕੀ ਗੱਲ, ਕੀ ਸਮੱਸਿਆ ਜੀ? ਮੇਰਾ ਨਾ ਦੇਰ ਆ, ਉਹ ਸ਼ਹੀਦ ਹੋ ਚੁੱਕਾ ਆ, ਉਹਦੀ ਬੇਟੀ ਆ ਜੋ ਕਿ ਡਿਸੇਬਲ ਆ, ਉਹ ਤੁਰਦੀ ਨਹੀਂ ਆ ਅਤੇ ਨਾ ਉਹ ਬੋਲਦੀ ਆ, ਅਤੇ ਅਸੀਂ ਉਹਦਾ ਕਰਕੇ ਬਣਾਇਆ ਸੀ ਰੈਂਪ, ਬਣਾਇਆ ਸੀ ਉਹਦੀ ਵੀਲਚੇਅਰ ਲੰਘਾਉਣ ਦਾ ਕਰਕੇ। ਪਰ ਸਾਡੇ ਜਿਹੜੇ ਨੇਬਰ ਆ ਨਾ, ਉਹਨਾਂ ਨੇ ਉਹ ਸਿਆਸੀ ਦਬਾਅ ਦਾ ਕਰਕੇ ਨਾ, ਪੋਲੀਟੀਕਲ ਪਾਵਰ ਦਾ ਯੂਜ਼ ਕਰਕੇ ਅਤੇ ਉਹਨੂੰ ਢਵਾਤਾ ਆ। ਪੁਲਿਸ ਵਾਲੇ ਆਏ ਸੀ ਅਤੇ ਕੁਝ ਨਗਰ ਨਿਗਮ ਦੇ ਲੋਕ ਆਏ ਸੀ ਜਿਨ੍ਹਾਂ ਨੇ ਉਹ ਢਵਾਤਾ। ਜੇ ਅਸੀਂ ਉਹਨਾਂ ਨੂੰ ਰੋਕਣਾ ਚਾਹੇ, ਉਹਨਾਂ ਨੇ ਸਾਡੇ 'ਤੇ ਗਾਲੀ ਗਲੋਜ਼ ਕੀਤੀ ਅਤੇ ਸਾਡੀ ਜਾਤੀ ਦੇ ਸੰਬੰਧ 'ਤੇ ਵੀ ਗਾਲਾਂ ਕੱਢੀਆਂ। ਮੇਰੀ ਮਦਰ ਇਨ ਲੋ ਸੀ, ਉਹਨੂੰ ਵੀ ਗਾਲਾਂ ਕੱਢੀਆਂ। ਉਹਨਾਂ ਦਾ ਆਪਰੇਸ਼ਨ ਹੋਇਆ ਸੀ ਅਤੇ ਉਹਨਾਂ ਦੇ ਲੱਤ 'ਤੇ ਸੱਟ ਵੀ ਲਾਈ ਸੀ ਗੁਆਂਢੀਆਂ ਨੇ। ਅਤੇ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ। ਦਰਖਾਸਤ ਦਿੱਤੀ ਸੀ, ਪਾਪਾ ਗਏ ਸੀ, ਮੇਰੇ ਵੱਲੋਂ ਦਿੱਤੀ ਗਈ, ਪਰ ਪੁਲਿਸ ਨੇ ਮਤਲਬ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਆ ਦੇਖੋ, ਅਸੀਂ ਨਾ ਐਸ ਸੀ ਕਮਿਸ਼ਨ ਨੂੰ ਵੀ ਮਤਲਬ ਆਪਣੀ ਦਰਖਾਸਤ ਦਿੱਤੀ ਗਈ ਆ, ਪਰ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਈ। ਸੋ ਅਸੀਂ ਇਹ ਮੰਗ ਕਰਦੇ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਸਾਡੀ ਇਹ ਮੰਗ ਪੂਰੀ ਕੀਤੀ ਜਾਵੇ, ਅਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਲੋਕਾਂ 'ਤੇ ਜਿਨ੍ਹਾਂ ਨੇ ਸਾਡਾ ਰੈਂਪ ਢਾਇਆ, ਅਤੇ ਨਾਲੇ ਉਹ ਬੱਚੀ ਨੂੰ ਲੂਲੀ ਪਿੰਗਲੀ ਵੀ ਬੋਲਦੇ ਆ, ਜਿਹੜੇ ਸਾਡੇ ਨੇਬਰ ਆ ਨਾ, ਜਿਨ੍ਹਾਂ ਦਾ ਕਰਕੇ ਹੀ ਸਾਰਾ ਕੁਝ ਢਵਾਇਆ ਗਿਆ ਆ। ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਸਾਡੀ ਇਹ ਮੰਗ ਹੈ ਕਿ ਇੱਕ ਤਾਂ ਜਿਹੜਾ ਸਾਡਾ ਰੈਂਪ ਢਾਇਆ ਗਿਆ ਆ ਉਹਦੀ ਮਨਜ਼ੂਰੀ ਦਿੱਤੀ ਜਾਵੇ, ਦੂਸਰੀ ਗੱਲ ਇਹ ਕਿ ਜਿਹੜੇ ਨੇਬਰ ਨੇ ਸਾਡੇ 'ਤੇ ਹਮਲਾ ਕੀਤਾ ਗਿਆ ਉਹਨਾਂ 'ਤੇ ਪਰਚਾ ਦਿੱਤਾ ਜਾਵੇ, ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਰੁਪਿੰਦਰ ਕੌਰ, ਇਹ ਕੀ ਸਮੱਸਿਆ ਗੱਲਬਾਤ ਜੀ? ਸਰ, ਇਹ ਰੈਂਪ ਬਣਾਉਂਦੇ ਪਏ ਸੀ ਅਤੇ ਮੈਂ ਇਹਨਾਂ ਨੂੰ 4 ਵਜੇ ਦਾ ਫੈਸਲਾ ਸੀ, ਮੈਂ ਇਹਨਾਂ ਨੂੰ ਕਿਹਾ ਸੀ ਕਿ ਮੇਰੇ ਫਾਦਰ ਸਾਹਿਬ ਆਉਣਗੇ ਅਤੇ ਫਿਰ ਮਤਲਬ 4 ਵਜੇ ਗੱਲ ਹੋਏਗੀ। ਇਹਨਾਂ ਨੇ ਫਿਰ ਮੈਨੂੰ ਧੱਕੇਸ਼ਾਹੀ ਕੀਤੀ, ਮੈਨੂੰ ਕੁੱਟਮਾਰ ਕੀਤੀ ਮੇਰੇ ਨਾਲ ਇਹਨਾਂ ਨੇ। ਅੱਛਾ, ਹਾਂਜੀ ਚਾਹੀਦੀ? ਹਾਂਜੀ, ਕਰਾਇਆ।
ਬਾਕੀ ਮੇਰੇ ਕੋਲ ਵੀਡੀਓ ਵੀ ਹੈਗੀ ਆ ਸਾਰੇ ਨੇ, ਸਾਰਿਆਂ ਨੇ ਮੈਨੂੰ ਕੁੱਟਮਾਰ ਕੀਤੀ ਹੈ। ਮੈਂ ਕੁਲਵੰਤ ਕੌਰ। ਹਾਂਜੀ, ਕੀ ਸਮੱਸਿਆ ਹੈ? ਮੇਰਾ ਬੇਟਾ ਆਰਮੀ 'ਚ ਨੌਕਰੀ ਕਰਦਾ ਸੀ ਅਤੇ ਉਹ ਸ਼ਹੀਦ ਹੋ ਗਿਆ, ਅਤੇ ਆਹ ਜਿਹੜਾ ਅਸੀਂ ਮਕਾਨ ਬਣਾਇਆ ਨਾ ਉਹਦੀ ਕਮਾਈ ਦਾ ਸਾਰਾ ਬਣਿਆ ਵਾ, ਅਤੇ ਇਹ ਸਾਡੇ ਲਾਗੇ ਜਿਹੜੇ ਜੱਟ ਰਹਿੰਦੇ ਆ ਸਾਨੂੰ ਤੰਗ ਕਰਦੇ ਆ, ਅਤੇ ਨਾਲੇ ਸਾਨੂੰ ਇੱਦਾਂ ਗਾਲਾਂ ਗੁਲਾਂ ਕੱਢਦੇ ਆ ਅਤੇ ਕਹਿੰਦੇ ਅਸੀਂ ਸ਼ਹੀਦ ਦੇ ਪਰਿਵਾਰ ਨੂੰ ਇੱਥੇ ਰਹਿਣ ਨਹੀਂ ਦੇਣਾ। ਅਤੇ ਇੱਕ ਉਹਦਾ ਬੇਟੀ ਆ ਅਤੇ ਉਹ ਨਾ ਤੁਰਦੀ ਆ ਨਾ ਕੁਛ, ਆਪੇ ਖਾਂਦੀ ਆ, ਮੈਂਟਲੀ ਪ੍ਰੋਬਲਮ ਵੀ ਉਹਨੂੰ, ਅਤੇ ਇਹ ਉਹਨੂੰ ਵੀ ਲੂਲੀ ਪਿੰਗਲੀ ਕਹਿੰਦੇ ਆ, ਇੱਦਾਂ ਦੀਆਂ ਗਾਲਾਂ ਕੱਢਦੇ ਆ, ਅਤੇ ਬਾਕੀ ਬਹੁਤ ਜ਼ਿਆਦਾ ਤੰਗ ਕਰਦੇ ਸਾਨੂੰ। ਅਸੀਂ ਆਪਣੇ ਗੇਟ ਦੇ ਗੜੀ ਰੈਂਪ ਬਣਾਇਆ ਸੀ, ਉਹ ਜਿਹੜੀ ਸ਼ਹੀਦੀ ਬੇਟੀ ਆ ਨਾ ਉਹ ਤੁਰਦੀ ਨਹੀਂ ਆ, ਅਤੇ ਉਹਦੇ ਕਰਕੇ ਉਹਦੀ ਰੇਹੜੀ ਥਾਂ ਤਾਂ ਕਰਨੀ ਹੁੰਦੀ ਆ ਵੀ ਉੱਤਰ ਜਾਂਦੀ ਸੀ, ਅਤੇ ਉਹਦੇ ਕਰਕੇ ਅਸੀਂ ਰੈਂਪ ਬਣਾਇਆ ਸੀ। ਇਹਨਾਂ ਨੇ ਲੀਡਰਾਂ ਦੇ ਕਰਕੇ ਇਹਨਾਂ ਨੇ ਸਾਡਾ ਉਹ ਰੈਂਪ ਢਵਾ ਤਾ, ਨਾਲੇ ਸਾਡੇ ਘਰ ਆਏ, ਬਹੁਤ ਗੁੰਡਾਗਰਦੀ ਕੀਤੀ ਇਹਨਾਂ ਨੇ, ਅਤੇ ਅਸੀਂ ਜੇ ਪੁੱਛਿਆ ਵੀ ਇਹ ਰੈਂਪ ਕਿਉਂ ਢਾਈ ਜਾਂਦੇ ਤਾਂ ਸਾਨੂੰ ਬੜਾ ਵੱਧ ਘੱਟ ਬੋਲੇ ਨਾਲ। ਅਸੀਂ ਸਰਕਾਰ ਕੋਲ ਇਹ ਮੰਗ ਚਾਹੁੰਦੇ ਹਾਂ ਕਿ ਸਾਡਾ ਰੰਪ ਬਣਾਇਆ ਜਾਵੇ, ਜਿਹੜੀ ਸਾਡੀ ਪੋਤੀ ਇੱਦਾਂ ਵਾ ਵੀ ਇਹਦੇ ਕੋਲ ਤੁਰਿਆ ਤਰਿਆ ਨਹੀਂ ਜਾਂਦਾ, ਅਤੇ ਉਹਨੂੰ ਇਹ ਵੱਧ ਘੱਟ ਨਾ ਬੋਲਣ, ਅਤੇ ਇਹ ਜਿਹੜੇ ਸਾਨੂੰ ਵੱਧ ਘੱਟ ਸੱਟਾਂ ਸੁੱਟਾਂ ਵੀ ਸਾਨੂੰ ਲਾਈਆਂ ਇਹਨਾਂ ਨੇ, ਇਹਨਾਂ 'ਤੇ ਪਰਚਾ ਦਰਜ ਕੀਤਾ ਜਾਵੇ। ਮੇਰਾ ਨਾਮ ਤਨੀਸ਼ਾ ਹੈ। ਕੀ ਗੱਲਬਾਤ ਹੋਈ? ਸਾਡਾ ਘਰ ਦੇ ਬਾਹਰ ਰੈਂਪ ਬਣਾਇਆ ਗਿਆ ਸੀ, ਅਸੀਂ ਰੈਂਪ ਬਣਾਇਆ ਅਤੇ ਪਰ ਨਗਰ ਨਿਗਮ ਅਤੇ ਸਰਕਾਰੀ ਮੁਲਾਜ਼ਮਾਂ ਪੁਲਿਸ ਵਾਲੇ ਆਏ ਸੀ, ਉਹਨਾਂ ਨੇ ਸਾਡਾ ਰੈਂਪ ਢਾਤਾ, ਹਾਲੇ ਕਿ ਉਹਨਾਂ ਕੋਈ ਔਡਰ ਦਾ ਕੋਈ ਪਰਮਿਸ਼ਨ ਨਹੀਂ ਸੀ ਲਈ ਗਈ। ਉਸ ਦਿਨ ਆਈ ਥਿੰਕ ਸਰਕਾਰੀ ਛੁੱਟੀ ਵੀ ਹੈਗੀ ਸੀ, ਪਰ ਇਹਨਾਂ ਨੇ ਫਿਰ ਵੀ ਸਾਡਾ ਰੈਂਪ ਢਾਤਾ। ਉਹਨਾਂ ਨੇ ਸਾਡੇ 'ਤੇ ਨਾਲੇ ਗਾਲੀ ਗਲੋਚ ਵੀ ਕੀਤੀ ਹੈ, ਨਾਲੇ ਸਾਡੇ ਉੱਤੇ ਜਾਤੀ ਦੇ ਬਾਰੇ ਵੀ ਸਾਡੇ ਉਲਟਾ ਸਿੱਧਾ ਗਾਲੀ ਗਲੋਚ ਕਰਕੇ ਗਏ, ਮੈਨੂੰ ਅਤੇ ਮੇਰੀ ਸੱਸ ਅਤੇ ਗੁਆਂਢੀਆਂ ਨੇ ਕਿਹਾ ਸੀ ਉਹਨਾਂ ਨਾਲ ਸਾਡੀ ਲੜਾਈ ਹੋਈ ਸੀ ਅਤੇ ਉਹਨਾਂ ਨੇ ਢਵਾਇਆ ਆ। ਇਸ ਸੰਬੰਧੀ ਅਸੀਂ ਪੁਲਿਸ ਥਾਣੇ ਗਏ, ਉਹਨਾਂ ਨੇ ਕੋਈ ਵੀ ਮਤਲਬ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਸਾਨੂੰ ਪਹਿਲਾਂ ਵੀ ਆਏ ਸੀ ਸਾਡੇ ਘਰ, ਸਾਡੇ ਨਾਲ ਲੜਾਈ ਕਰਕੇ ਗਏ, ਮੇਰੀ ਸੱਸ 'ਤੇ ਉਹਨਾਂ ਨੇ ਸੱਟ ਲਾ ਕੇ ਗਏ ਆ, ਨਾਲੇ ਉਹਨਾਂ ਦਾ ਆਪਰੇਸ਼ਨ ਹੋਇਆ ਸੀ ਅਤੇ ਉਦੋਂ ਵੀ ਧੱਕਾ ਧੁੱਕਾ ਮਾਰ ਕੇ ਗਏ ਆ। ਅਗਰ ਕਦੇ ਮੇਰਾ ਬੱਚਾ ਜਾਂਦਾ ਹੈ ਉਹਨਾਂ ਘਰ, ਉਹਨਾਂ ਨੂੰ ਵੀ ਗਾਲੀ ਗਲੋਚ ਕਰਕੇ ਬੋਲਦੇ, ਸਾਡੀ ਜਾਤੀ ਦੇ ਸੰਬੰਧ ਬੋਲਦੇ, ਕੁੱਤੇ ਚੂੜੇ ਆ ਗਏ ਆ। ਫਿਰ ਅਸੀਂ ਜੇ ਸਾਡੇ ਘਰ ਦੇ ਬਾਹਰ ਅਸੀਂ ਇੱਟਾਂ ਸਟਾਈਏ ਜਾਂ ਰੇਤਾ ਰੂਤਾ ਸਟਾਈਏ ਤਾਂ ਸਾਨੂੰ ਮਨਾ ਕਰਦੇ ਆ, ਬੋਲਦੇ ਆ ਕਿ ਇੱਥੇ ਨਹੀਂ ਸੁੱਟਣਾ, ਨਾਲੇ ਸਾਨੂੰ ਗਾਲੀ ਗਲੋਚ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਆ, ਕੁੱਤੇ ਚੂੜਿਓ ਕਹਿ ਕੇ ਬੋਲਦੇ ਦਿੰਦੇ ਹੋ ਸਾਨੂੰ। ਮੇਰਾ ਜਿਹੜਾ ਦੇਰ ਸੀ ਉਹਦਾ ਨਾਂ ਰਵੀ ਸਿੰਘ ਸੀ, ਉਹ ਨਾ ਸ਼ਹੀਦ ਹੋ ਚੁੱਕਿਆ ਆ, ਪਰ ਇਹ ਸਾਰੀ ਉਹਦੀ ਹੀ ਮਤਲਬ ਉਹਦੇ ਹੀ ਸਿਰ ਤੋਂ ਬਣਿਆ ਆ। ਇਹ ਉਹਦੇ ਬੁੱਢੇ ਮਾਂ ਪਿਓ ਨੂੰ ਇਹ ਵੀ ਬੋਲਦੇ ਆ ਕਿ ਜਿਹੜੇ ਇਹ ਸ਼ਹੀਦਾਂ ਬਣਿਆ ਇਹ ਹੀ ਰਹਿਣ ਨਹੀਂ ਦੇਣਾ, ਨਾ ਹੀ ਤੁਹਾਨੂੰ ਇੱਥੇ ਰਹਿਣ ਦੇਣਾ, ਨਾ ਤੁਹਾਡਾ ਜੋ ਵੀ ਛੱਤਿਆ ਮਕਾਨ ਨਾ ਆ ਰਹਿਣ ਦੇਣਾ। ਕਹਿੰਦੇ ਆ ਕਿ ਅਸੀਂ ਤਾਂ ਹਟਾ ਕੇ ਹੀ ਸਾਹ ਲੈਣਾ ਆ, ਉੱਤੋਂ ਉਹਨੂੰ ਸ਼ਹੀਦ ਨੂੰ ਹੀ ਗਾਲੀ ਗਲੋਚ ਕਰਦੇ ਆ, ਜਿਹੜਾ ਕਿ ਦੁਨੀਆ ਲਈ ਸ਼ਹੀਦ ਹੋ ਗਿਆ ਆ। ਅਸੀਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਕਿ ਨੌਜਵਾਨ ਸ਼ਹੀਦੀ ਫੈਮਿਲੀ ਨੂੰ ਸੁਰੱਖਿਆ ਕੀਤਾ ਜਾਵੇ ਅਤੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਕਿ ਉਹਨਾਂ ਦੇ ਵਿਰੁੱਧ ਬੋਲਦੇ ਹਨ। ਕਿਰਨਦੀਪ ਕੌਰ। ਮੇਰੇ ਹਸਬੈਂਡ ਆਰਮੀ 'ਚ ਹੀ ਸ਼ਹੀਦ ਹੋ ਗਏ, ਰਵੀ ਸਿੰਘ, ਅਤੇ ਉਹ ਅਸੀਂ ਰੈਂਪ ਬਣਾਉਂਦੇ ਹਾਂ ਆਪਣੇ ਗੇਟ ਦੇ ਗਾੜੀ ਬਣਾ, ਹਾਂਜੀ ਬਣਾ ਲਿਆ ਸੀ, ਅਤੇ ਫਿਰ ਬਾਅਦ ਵਿੱਚ ਇਹਨਾਂ ਨੇ ਰੈਂਪ ਸਾਡਾ ਢਾ ਦਿੱਤਾ ਗਵਾਂਢੀਆਂ ਨੇ, ਅਤੇ ਨਾਲੇ ਗਾਲੀ ਗਲੋਚ ਵੀ ਕੀਤੀ ਅਤੇ ਲੜਾਈ ਝਗੜਾ, ਅਤੇ ਨਾਲੇ ਮੇਰੀ ਬੇਟੀ ਥੋੜ੍ਹੀ ਬੋਲਦੀ ਨਹੀਂ ਆ, ਨਾਲੇ ਤੁਰਦੀ ਵੀ ਨਹੀਂ ਆ, ਆਹੋ ਤੁਰਦੀ ਨਹੀਂ ਆ, ਬੋਲਦੀ ਨਹੀਂ ਆ, ਅਤੇ ਇਸ ਕਰਕੇ ਵੀਲਚੇਅਰ ਨਗਾਉਣੀ ਅਸੀਂ ਉਹਨੂੰ
ਰੈਂਪ ਬਣਾਇਆ ਸੀ ਤੇ ਉਹਨੂੰ ਮਤਲਬ ਡਾਕਟਰਾਂ ਨੇ ਕਿਹਾ ਕਿ ਉਹਨੂੰ ਘੁੰਮਣ ਫਿਰਨ ਮਤਲਬ ਬਾਹਰ ਦੀ ਹਵਾ ਨਹੀਂ ਚੰਗੀ, ਆਕਸੀਜਨ ਉਹਨੂੰ ਆਕਸੀਜਨ ਦੀ ਕਮੀ ਆ, ਇਸ ਕਰਕੇ ਤੇ ਥੋੜ੍ਹੀ ਦਿਮਾਗ ਵੀ ਪ੍ਰੋਬਲਮ ਆ ਤੇ ਇਸ ਕਰਕੇ ਉਹਨੂੰ ਰੈਂਪ ਬਣਾਇਆ ਸੀ। ਗਾਲੀ ਗਲੋਚ ਕੀਤਾ ਤੇ ਨਾਲੇ ਸਾਡਾ ਰੈਂਪ ਧਵਾ ਤਾ ਤੇ ਇਹਨਾਂ ਨੇ ਮੇਰੀ ਸੱਸ ਦੀ ਲੱਤ ਤੇ ਦਾਤਰ ਵੀ ਮਾਰਿਆ ਤੇ ਉਹਨਾਂ ਨੇ ਸੱਟਾਂ ਬੱਟਾਂ ਲਗਾ ਤੀਆਂ ਤੇ ਅਸੀਂ ਉਸ ਟਾਈਮ ਤੇ ਅੰਮ੍ਰਿਤਸਰ ਹੋਸਪਿਟਲ ਐਡਮਿਟ ਨਹੀਂ ਕਹਿੰਦੇ ਐਡਮਿਟ ਸੀ ਸਾਡੀ ਮੰਮੀ ਰੈਂਪ ਢਵਾਉਣ ਲਈ ਪੁਲਿਸ ਵਾਲੇ ਵੀ ਆਏ ਸੀ ਅਤੇ ਉਹਨਾਂ ਨੇ ਕੋਈ ਨੋਟਿਸ ਵੀ ਨਹੀਂ ਸਾਨੂੰ ਭੇਜਿਆ ਰੈਂਪ ਢਵਾਉਣ ਦਾ ਅਤੇ ਪੁਲਿਸ ਵਾਲਿਆਂ ਨੇ ਆ ਕੇ ਸਾਡੇ ਨਾਲ ਮਤਲਬ ਬੁਰਾ ਵਿਵਹਾਰ ਕੀਤਾ, ਚੰਗੀ ਤਰ੍ਹਾਂ ਗੱਲਬਾਤ ਵੀ ਨਹੀਂ ਕੀਤੀ ਅਤੇ ਨਾਲ ਕਮੇਟੀ ਵਾਲੇ ਵੀ ਆਏ ਸਨ।